ना देखियो शेर वर्गा कुछ खड़ा तनु लग रहा है ना, शेर वर्गा डॉग मेरे नाल खड़ा वा। पाइया ने ना सांभिया होया, देखो किन्ना खूबसूरत आ, ते मेले दे विच खिचदा कारण जिहड़ा बनिया होया वा। ये शेर वर्गा भाई बड़ा खतरनाक जिहा लगदा, इह कहिंदा कूंदा कुछ नहीं हैगा, इत्थे लोग फोटो खिचाई जा रहे हैं। ये अपना फ्रेंड ही रखा पाया ना, डॉग शो करदे जी। ये डॉग शो भी करदा, की करदा ये? ਇਹਨੂੰ ਆਪਾਂ ਬਰੀਡ ਦੇ ਵਿੱਚ ਲਾਉਂਦੇ ਹੁੰਦੇ ਜੀ, 8 ਲਾਏ ਇਹਦੇ ਨਾਲ ਮਿਲੇ ਤੇ ਬਾਬੇ ਦੀ ਕਿਰਪਾ ਨਾਲ ਲੱਠੀ ਜਿੱਤੇ ਆ ਜੀ। 8 ਮੇਲੇ ਜਿੱਤੇ ਆਏ? ਹਾਂਜੀ। ਇਹਦੀ ਘਰ ਵਾਲੀ ਵੀ ਹੈਗੀ ਕੋਈ ਰੱਖੀ? ਘਰ ਵਾਲੀ ਹੈਗੀ, ਇਹਦੇ ਘਰੇ ਹੀ ਆ। ਇਹ ਆਮ ਵੱਡਾ ਜਿਹੜਾ ਵਾ ਇਹਦਾ ਕੀ ਪ੍ਰਾਈਜ਼ ਆ? ਜਦੋਂ ਵੱਡਾ ਹੋਊਗਾ ਵੈਸੇ ਤਾਂ ਇਹਦਾ ਕੋਈ ਮੁੱਲ ਨਹੀਂ, ਤੁਹਾਡਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਵੈਸੇ ਇਹਦਾ ਵੱਡਾ ਜੇ ਲੈਣਾ ਹੋਵੇ ਕੁੱਤਾ ਉਹ ਕਿੰਨਾ ਵੱਡਾ? ਜੀ ਸ਼ੇਰੀ ਦਾ ਕੋਈ ਵੇਚਦਾ ਨਹੀਂਗਾ, ਜਿਹੜਾ ਕੋਈ ਵੇਚੂ ਕਹੇ ਦੁੱਖੋਂ ਹੀ ਵੇਚੂਗਾ, ਅਸੀਂ ਤਾਂ ਇਹਨੂੰ ਕਿਸੇ ਵੀ ਕੀਮਤ ਤੇ ਨਹੀਂ ਵੇਚਦੇ। मैं मनजोत माजरा तुहाडा स्वागत करदा आ। मेरे नाल देखियो शेर वर्गा कुछ खड़ा तुहानू लग रहा है ना, शेर वर्गा डॉग मेरे नाल खड़ा वा। बाइया ने ना सांभिया होया, तो बाइया तो पुछदे आ इहदे आले दुआले तांता लग्गिया होया लोकां देखण वाला, बड़ा खिचदा कारण जिहड़ा वा मेले दा बणिया होया। बाइया नाल गलबात करदे आ। बाई सति श्री अकाल। सति श्री अकाल जी। बाई किहड़े पिंड तों आए हो? अपना कोकरी पिंड है जी। कोकरी? हाँ जी। गगन कोकरी वाला? हाँ जी हाँ जी, वही है। वही बड़ा मशहूर है। तो हम मैं लगता दूजे नंबर पर आडा जरा वा, यहाँ नाम की है भाई? यदा वैली है जी। वैली? हाँ जी। ਉਹ ਤਿੱਬਤੀਨ ਮਾਸਟਰ ਬਰੀਡ ਆ ਜੀ ਇਹਦੀ। ਅੱਛਾ, ਤਿੱਬਤੀਨ ਬਰੀਡ ਆ ਤੇ ਉਹ ਨਾ ਬੈਲੀ ਕਹਿੰਦਾ ਪੰਜਾਬ 'ਚ, ਹੈ? ਹਾਂ ਜੀ ਹਾਂ ਜੀ। ਠੀਕ ਹੈ। ਤੇ ਤੁਸੀਂ ਦੇਖੋ ਬਾਈ ਸ਼ੇਰ ਵਰਗਾ ਮੂੰਹ ਆ ਤੇ ਸ਼ੇਰ ਜਿੱਡਾ ਕੱਦ ਆ ਇਹਦਾ, ਹਜੇ ਕਿੰਨੇ ਕੁ ਮਹੀਨੇ ਦਾ ਇਹ ਬੱਚਾ ਆ ਕਿ ਵੱਡਾ? ਇਹ 11.5 ਮਹੀਨਿਆਂ ਦਾ ਜੀ। ਹਜੇ ਬੱਚਾ ਹੀ ਆ ਇਹ? ਹਾਂ ਜੀ ਹਾਂ ਜੀ। ਇਹਨੇ ਕਦੋਂ ਵੱਡਾ ਹੋਣਾ ਪੂਰਾ, ਇਹਦਾ ਸਰੀਰ ਕਦੋਂ ਵੱਡਾ ਹੋਊਗਾ ਪੂਰਾ? ਇਹ ਸਹੀ 3 ਸਾਲਾਂ ਤੇ ਬਣਦੇ ਆ ਜੀ। ਇਹ ਸਹੀ 3 ਸਾਲ ਦਾ ਤੇ ਇਹਦਾ ਹੋਰ ਵੀ ਕੱਦ ਨਿਕਲੂ ਫਿਰ? ਇੰਚ ਡੇਢ ਇੰਚ ਵਧੂਗਾ ਜੀ ਹੋਰ। ਅੱਛਾ, ਇਹ ਹੁਣ ਫੁੱਲ ਲੈਂਥ ਤੇ ਆ? ਹਾਂ ਜੀ, ਲੈਂਥ ਫੁੱਲ ਹੈ, ਹਾਈਟ ਥੋੜੀ ਜੀ ਹੋਰ ਹੋ ਜੂਗੀ। ਹਾਈਟ ਥੋੜੀ ਜੀ ਹੋਰ ਕੱਢੂਗਾ? ਕਿੰਨੀ ਕੁ ਹਾਈਟ ਹੁੰਦੀ ਹੈ ਜੀ ਇਹਦੀ? ਨਾਰਮਲੀ ਤਾਂ ਜੀ 32 ਹੀ ਹੁੰਦੀ ਆ, ਹੁਣ ਇਹਦੀ ਪ੍ਰੋਪਰ 32 ਹੈਗੀ ਆ, ਪਰ ਇਹਦੀ ਝਾਕ ਹੈਗੀ ਵੀ 33 ਸਾਢੇ 33 ਇੰਚ ਦਾ ਹੋ ਜੂਗਾ ਜੀ। 33 ਸਾਢੇ 33 ਇੰਚ ਦਾ ਹੋ ਜੂ। ਇਹ ਸ਼ੇਰ ਵਰਗਾ ਬਾਈ ਬੜਾ ਖਤਰਨਾਕ ਜਿਹਾ ਲੱਗਦਾ, ਇਹ ਕਹਿੰਦਾ ਕੁੰਦਾ ਕੁਛ ਨਹੀਂ ਹੈਗਾ, ਇੱਥੇ ਲੋਕ ਫੋਟੋਆਂ ਖਿਚਾਈ ਜਾ ਰਹੇ ਆ ਇਹਦੇ ਨਾਲ। ਇਹ ਆਪਣਾ ਫਰੈਂਡ ਹੀ ਰੱਖਿਆ ਪਿਆ ਨਾ, ਡੌਗ ਸ਼ੋ ਕਰਦੇ ਆ ਜੀ। ਇਹ ਡੌਗ ਸ਼ੋ ਵੀ ਕਰਦਾ? ਕੀ ਕਰਦਾ ਇਹ? ਇਹਨੂੰ ਆਪਾਂ ਬਰੀਡ ਦੇ ਵਿੱਚ ਲਾਉਂਦੇ ਹੁੰਦੇ ਜੀ, 8 ਲਾਏ ਇਹਦੇ ਨਾਲ ਮਿਲੇ ਤੇ ਬਾਬੇ ਦੀ ਕਿਰਪਾ ਨਾਲ ਲੱਠੀ ਜਿੱਤੇ ਆ ਜੀ। 8 ਮੇਲੇ ਜਿੱਤੇ ਆ ਇਹ? 8 ਮੇਲੇ ਜਿੱਤੇ ਹੋਇਆ ਇਹ ਦੋਸਤੋ। ਵਿਨਰ ਵਿਨਰ ਦੇ ਵਿੱਚ ਕੀ ਰਿਹਾ ਫਿਰ ਇਹ? ਇਹ BOV ਲੱਗਦਾ ਸੀ ਹਰੇਕ ਜਗ੍ਹਾ ਤੇ, ਜਿਹੜਾ ਬਰਨਾਲੇ ਹੁਣ ਆਪਾਂ ਗੱਦੀਆਂ ਤੇ ਤਿੱਬਤ ਇਨਵੈਸਟਰ ਦਾ ਕਰਾਇਆ ਸੀਗਾ ਜੀ, ਉਹਦੇ ਵਿੱਚ 172 ਕੁੱਤਿਆਂ ਤੋਂ ਸੈਕਿੰਡ ਆਇਆ ਸੀਗਾ ਜੀ। ਇਹ ਗੱਦੀ ਵੀ ਕਹਿ ਸਕਦੇ ਆ? ਗੱਦੀ ਕੁੱਤਾ ਇਹਨੂੰ ਕਿ ਦੂਜੇ ਹੁੰਦੇ ਆ ਉਹ? ਨਹੀਂ, ਉਹ ਗੱਦੀ ਥੋੜੇ ਜਿਹੇ ਕਮਜ਼ੋਰ ਹੁੰਦੇ ਆ, ਮਤਲਬ ਕਿ ਉਹਨਾਂ ਦੀ ਹੋਰ ਚੀਜ਼ ਹੁੰਦੀ ਹੈ ਜੀ। ਅੱਛਾ, ਉਹ ਹੋਰ ਹੁੰਦੇ ਆ, ਇਹ ਹੋਰ ਆ? ਹੈ, ਮਤਲਬ ਕਿ ਉਹ ਸੇਮ ਰਲਦੇ ਮਿਲਦੇ ਹੁੰਦੇ ਆ। ਇਹਨੂੰ ਗੱਦੀ ਵੀ ਉਹ ਜਾਨਕਿ ਲੋਕ ਪੰਜਾਬੀ 'ਚ ਗੱਦੀ ਕਹਿੰਦੇ ਆ। ਗੱਦੀ ਕਹਿ ਦਿੰਦੇ ਕਹਿ ਦਿੰਦੇ। ਠੀਕ ਹੈ। ਹਾਂਜੀ। ਤੇ ਤਿੱਬਤੀਆਂ ਜਿਹੜੀ ਆ ਇਹ ਨਸਲ ਆ। ਹਾਂਜੀ। ਤੇ ਇਹਦੇ ਖਰਚਾ ਕਿੰਨਾ ਕਾ ਇਹਦਾ ਰੋਜ਼ ਦਾ? ਇਹਦਾ ਤਾਂ ਜੀ ਬਹੁਤ ਥੋੜਾ ਹੀ ਹੈ ਜੀ, ਉਹ ਦੇਖਣ ਨੂੰ ਹੀ ਵੱਡੇ ਲੱਗਦੇ, ਖਾਂਦੇ ਬਹੁਤ ਘੱਟ ਹੈ ਜੀ। ਕੀ ਕੀ ਖਾਂਦਾ ਇਹ? ਇਹ 200 ਗ੍ਰਾਮ ਚਿਕਨ ਖਾਂਦਾ ਜੀ, 4 ਰੋਟੀਆਂ ਤੇ 2 ਟਾਈਮ ਦਹੀਂ, ਥੋੜਾ ਥੋੜਾ ਦਹੀਂ। ਹਾਂਜੀ। ਲੱਸੀ ਲੁਸੀ ਵੀ ਪੀ ਲੈਂਦਾ? ਲੱਸੀ ਲੁਸੀ ਪੀ ਲੈਂਦਾ। ਹਾਂਜੀ। ਤੇ ਆਮ ਖੁਰਾਕ ਆ, ਆਮ ਕੁੱਤੇ ਜੀ? ਨਾਰਮਲੀ ਹੈ ਜਮਾਂ ਜੀ। ਤੇ ਉਹ ਵੀ ਦੇਖਣ ਨੂੰ ਵੱਡਾ ਲੱਗਦਾ, ਖੁਰਾਕ ਬਾਲੀ ਨਹੀਂ? ਨਹੀਂ ਨਹੀਂ, ਬਹੁਤ ਜ਼ਿਆਦਾ ਘੱਟ ਹੈ ਜੀ। ਠੀਕ ਹੈ, ਆਮ ਬੰਦੇ ਵੀ ਰੱਖ ਸਕਦੇ ਆ ਇਹਨੂੰ, ਡੌਗ ਲਵਰ ਬਹੁਤ ਨੇ ਦੋਸਤੋ। ਇਹ ਨਸਲ ਜਿਹੜੀ ਆ ਵਫਾਦਾਰੀ ਦੇ ਨਾਮ ਤੇ ਹੈ ਨਾ ਮੰਨੀ ਗਈ ਆ, ਉਹ ਪਸ਼ੂ ਵੀ ਲੋਕ ਬਹੁਤ ਰੱਖਦੇ ਆ, ਪਰ ਇਹਨਾਂ ਨਾਲ ਜਿਹੜਾ ਵਾ ਸਭ ਤੋਂ ਜ਼ਿਆਦਾ ਸ਼ਹਿਰੀਆਂ ਦਾ ਵੀ ਪਿੰਡੂਆਂ ਦਾ ਵੀ ਪਿਆਰ ਬਹੁਤ ਆ ਹੈ ਨਾ। ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਹੈ। ਠੀਕ, ਇਹ ਗੱਲ ਸੱਚ ਆ ਨਾ ਬਾਈ? ਸੱਚ ਆ ਜੀ, ਸੱਚ ਆ। ਅੱਛਾ, ਆਪਣੇ ਪਿੰਡ 'ਚ ਇਹਦੇ ਫਿਰ ਇਹਦੀ ਮਾਂ ਵੀ ਹੈ, ਇਹਦੀ ਘਰ ਵਾਲੀ ਵੀ ਹੈਗੀ ਕੋਈ ਰੱਖੀ ਵੀ? ਘਰ ਵਾਲੀ ਹੈਗੀ, ਇਹਦੇ ਘਰੇ ਹੀ ਆ। ਇਹਦੇ ਘਰੇ ਹੀ ਆ ਉਹ? ਹਾਂਜੀ ਹਾਂਜੀ। ਮੈਂ ਦੇਖਿਆ ਵੀ ਤੁਸੀਂ ਕੁੱਤੇ ਵੀ ਇਹਦੇ ਕਤੂਰੇ ਬੱਚੇ ਵੀ ਲੈ ਕੇ ਆਏ ਹੋ ਹੈ ਨਾ? ਹਾਂਜੀ ਹਾਂਜੀ ਹਾਂਜੀ। ਫਿਰ ਇਹਦਾ ਬੱਚਾ ਕਿੰਨੇ ਕਿਦਾ ਵਿਕਦਾ ਬਾਈ? ਇਹਨਾਂ ਦੀ ਮਤਲਬ ਕਿ ਇਹਦੇ ਨਾਲ ਜਿਹੜੀ ਕੁੱਤੀ ਮੀਟ ਹੋਈ ਸੀ ਉਹ ਗੱਦੀ ਸੀਗੀ ਜੀ, ਮਤਲਬ ਵੀ ਆਪਾਂ ਕਹਦੇ ਇਹਦੀ ਕੁਆਲਿਟੀ ਦੀ ਨਹੀਂ ਸੀ ਜੀ, ਇਹ ਕੁਆਲਿਟੀ ਦਾ ਲੈਣਾ ਫਿਰ ਅਸੀਂ ਬੱਚਾ 70-80 ਹਜ਼ਾਰ ਦਾ ਦਿੰਦੇ ਜੀ। ਇਹਦਾ ਬੱਚਾ 70-80 ਹਜ਼ਾਰ ਦਾ? ਹਾਂਜੀ ਹਾਂਜੀ। ਇਹਦੇ ਨਾਲ ਕੁੱਤੀ ਹੁਣ ਮੀਟ ਗੱਦੀ ਹੋਈ ਸੀ ਉਹ ਅਸੀਂ 25-30 ਹਜ਼ਾਰ ਦਾ ਵੇਚ ਦਿੰਦੇ ਜੀ। ਠੀਕ ਆ, ਉਹ ਮਿਕਸ ਬਰੀਡ ਹੋ ਗਈ ਫਿਰ? ਹਾਂਜੀ, ਥੋੜੀ ਮਿਕਸ ਹੋ ਗਈ ਜੀ ਉਹ। ਫਿਰ ਹੁਣ ਅਗਲੀ ਵਾਰ ਜੇ ਮਹਿੰਗਾ ਵੇਚਣਾ ਤੁਸੀਂ ਲਾਸ ਕਿਉਂ ਕਰ ਰਹੇ ਹੋ ਫਿਰ, ਮਹਿੰਗਾ ਵੀ ਵੇਚੋ? ਮਹਿੰਗਾ ਜੀ ਉਹ ਫਿਰ ਹੁਣ ਘਰੇ ਸਾਡੇ ਕੁੱਤੀ ਰੱਖੀ ਉਹ ਵੀ ਸੂਈ ਹੋਈ ਹੈ, ਤੋ ਤਿੱਬਤੀਨ ਮਾਸਟਰ ਵੀ ਕਰੇ। ਹਾਂਜੀ, ਮਹਿੰਗੇ ਵੀ ਵਿੱਚ ਹੈਗੇ ਉਹ ਬੱਚੇ ਵੀ ਹੈਗੇ ਕਰੇ। ਹਾਂਜੀ ਹਾਂਜੀ ਹਾਂਜੀ। ਇਹ ਆਮ ਵੱਡਾ ਜਿਹੜਾ ਵਾ ਇਹਦਾ ਕੀ ਪ੍ਰਾਈਜ਼ ਆ? ਜਦੋਂ ਵੱਡਾ ਹੋਊਗਾ ਵੈਸੇ ਤਾਂ ਇਹਦਾ ਕੋਈ ਮੁੱਲ ਨਹੀਂ, ਤੁਹਾਡਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਵੈਸੇ ਇਹਦਾ ਵੱਡਾ ਜੇ ਲੈਣਾ ਹੋਵੇ ਕੁੱਤਾ ਉਹ ਕਿੰਨੇ ਦਾ? ਵੱਡਾ ਜੀ 6 ਦੀ ਦਾ ਕੋਈ ਵੇਚਦਾ ਨਹੀਂਗਾ, ਜਿਹੜਾ ਕੋਈ ਵੇਚੂ ਕਹੇ ਦੁੱਖੋਂ ਹੀ ਵੇਚੂਗਾ, ਅਸੀਂ ਤਾਂ ਇਹਨੂੰ ਕਿਸੇ ਵੀ ਕੀਮਤ ਤੇ ਨਹੀਂ ਵੇਚਦੇ ਜੀ। ਨਹੀਂ, ਉਹ ਇਹਦਾ ਕਿੰਨਾ ਕਹੂਗਾ ਵੱਡੇ ਜੇ ਵੱਡਾ ਲੈਣਾ ਹੋਵੇ? ਜੇ ਅਸੀਂ ਇਹ ਬੱਚਾ ਪੂਰੇ 1 ਲੱਖ ਦਾ ਲਿਆ ਸੀਗਾ ਜੀ। 1 ਲੱਖ ਦਾ ਲਿਆ? ਹਾਂਜੀ। ਉਹ ਇਹ ਕਿੱਥੇ ਕਿਤਾ ਜਾਵੜਦਾ? ਇਹ ਜੀ ਸਹੀ 70-80 ਹਜ਼ਾਰ ਤੋਂ ਸ਼ੁਰੂ ਹੋ ਜਾਂਦੇ ਜੇ, ਮਤਲਬ ਕਿ ਜੀ ਵਿਦ ਪੇਪਰ ਲੈਣੇ ਆ ਆਪਾਂ, ਇਹ ਵਿਦ ਪੇਪਰ ਆ, ਬਾਹਰਲੇ ਕੁੱਤੇ ਦਾ ਬੱਚਾ ਜੀ ਇਹ, ਤੇ 1 ਲੱਖ ਤੋਂ ਮਤਲਬ 70 ਤੋਂ ਲੈ ਕੇ 2-2.5 ਲੱਖ ਤੱਕ ਬੱਚਾ ਵਿਕ ਜਾਂਦਾ ਜੀ ਇਹਨਾਂ ਦਾ। 2-2.5 ਲੱਖ ਤੱਕ ਬੱਚਾ ਵਿਕ ਜਾਂਦਾ? ਹਾਂਜੀ ਹਾਂਜੀ। ਠੀਕ ਆ ਬਾਈ, ਇੰਨੀ ਕੁ ਜਾਣਕਾਰੀ ਦੇਣ ਲਈ ਧੰਨਵਾਦ ਵੀਰੇ। ਦੇਖੋ ਤੁਸੀਂ ਇਹ ਜਿਹੜਾ ਵਾ ਡੌਗ ਸ਼ੋ ਕਰਦਾ ਆ, ਔਰ ਦੇਖੋ ਕਿੰਨਾ ਖੂਬਸੂਰਤ ਆ, ਤੇ ਮੇਲੇ ਦੇ ਵਿੱਚ ਖਿੱਚ ਦਾ ਕਾਰਨ ਜਿਹੜਾ ਬਣਿਆ ਹੋਇਆ ਵਾ, ਤੇ ਦੇਖੋ ਸ਼ੇਰ ਵਾਂਗੂ ਆ ਬਾਈ ਦੀਆਂ ਅੱਖਾਂ ਵੀ ਦੇਖੋ।
ये डॉग आ कुत्ता वा लग रहा वफादारी दे विच इन्हां नूं बहुत अव्वल नंबर ते मिलिया जांदा भाई ये बढ़दा बढ़दा बुढ़दा तां नहीं वीरे बढ़दा नहीं बिल्कुल फ्रेंडली है बिल्कुल फ्रेंडली रख्या है तुसीं हां जी हां जी ऊ इह नस्ल बढ़दी आ ऊ वैसे गार्डिंग आ इह गार्डिंग पर सीजन रखणा ओह बढ़दी आ उहदे चिड़ी नहीं फड़कन दिंदे इह चिड़ी नहीं फड़कन दिंदा हां इह हुण जे तुसीं इहनूं कहोगे ते तां बढ़ूगा नहीं हुण नहीं बढ़दा इह हुण इहनूं पता वी इत्थे मैं पब्लिक दे विच आया मैं किहनूं वढणा वा इह पूरा सिखियत आ सिखिया पूरा सिखियत वीरे हां जी सिखिया होया पूरा सिखिया होया यानी कि इहदी टोटल ट्रेनिंग होई वी टोटल ट्रेनिंग होई आ ठीक है धन्यवाद भाई गल करन लई ते देखो तुसी मेले दी शान बनया होया इह इस वेले ते भीड़ देखो इहनू देखण वालां दी किन्नी आ वफादारी दे विच पहले नंबर ते मन्ने गया कुत्तियां नू अक्सर कहा जांदा है पर उत्थे पालण पोषण दे विच परिवार दे विच वी इहनां नू इक जीआं वांगू रख्या जांदा तुसी देखिया हुण किन्ना प्यारा वा ते रिपोर्ट किद्दां दी लगी लाइक शेयर एंड कमेंट करके जरूर दस्सिओ मनजोत माजरा तुहाडे तों विदा लैंदा आ कैमरामैन अमित खन्ना दे नाल धन्यवाद।